ਤਾਂ ਡਾਕਟਰ ਜਿਹੜਾ ਹੈ ਕਿ ਉਹ ਜਿਹੜਾ ਕੈਂਡੀਡੇਟ ਦਾ ਹੋਵੇ ਔਰ ਜਿਹੜਾ ਨਸ਼ਾ ਕਰਦਾ ਉਹਨੂੰ ਜਿਹੜਾ ਉਹਦਾ ਫਾਰਮ ਜਿਹੜਾ ਰਿਜੈਕਟ ਕੀਤਾ ਜਾਵੇ ਅਤੇ ਉਹਦੀ ਯੋਗਤਾ ਦੇ ਨਾਲ ਨਾਲ ਇਹ ਵੀ ਯੋਗਤਾ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਉਹ ਨਸ਼ਾ ਰਹਿਤ ਹੋ। ਜਿਹੜਾ ਲੀਡਰ ਆਪ ਨੂੰ ਛੇੜੀ ਹੋਵੇ ਉਹ ਥੱਲੇ ਲੋਕਾਂ ਨੂੰ ਕੀ ਸਜ਼ਾ। ਪੰਜਾਬ ਜਿਹੜਾ ਉਹਨੂੰ ਹਰ ਕੋਈ ਇਹ ਗੱਲ ਕਹਿ ਰਿਹਾ ਕਿ ਇਹ ਨਸ਼ੇ 'ਚ ਗੁਲਕਾ। ਜਿਹੜੇ ਲੀਡਰ ਕਹਿੰਦੇ ਨੇ ਉਹ ਲੀਡਰ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਤਾ। ਅੱਜ ਜਿਹੜਾ ਪੰਜਾਬ ਜਿਹੜਾ ਅੱਜ ਉਹਨੂੰ ਹਰ ਕੋਈ ਇਹ ਗੱਲ ਕਹਿ ਰਿਹਾ ਕਿ ਇਹ ਨਸ਼ੇ 'ਚ ਗੁਲਕਾ। ਮੈਂ ਕਹਿੰਦਾ ਜਿਹੜੇ ਲੀਡਰ ਕਹਿੰਦੇ ਨੇ ਉਹ ਲੀਡਰ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਤਾ। ਮੈਂ ਇਸ ਕਰਕੇ ਇੱਕ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਤਾਂ ਇਹ ਗੱਲ ਕਹੀ ਹੈ ਕਿ ਕਿਉਂਕਿ ਅਜੇ ਤੱਕ ਕੋਈ ਉਹਦਾ ਜਵਾਬ ਜਿਹੜਾ ਉਹ ਇਹਨਾਂ ਨੇ ਨਹੀਂ ਦਿੱਤਾ। ਇਸ ਕਰਕੇ ਮੈਨੂੰ ਚਾਹੇ ਹਾਈਕੋਰਟ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਮੈਂ ਜ਼ਰੂਰ ਜਾਵਾਂਗਾ ਤਾਂ ਕਿ ਅੱਗੇ ਤੋਂ ਕੋਈ ਵੀ ਇਲੈਕਸ਼ਨ ਹੁੰਦਾ ਤਾਂ ਡਾਕਟਰਸ ਜਿਹੜਾ ਹੈ ਕਿ ਉਹ ਜਿਹੜਾ ਕੈਂਡੀਡੇਟ ਦਾ ਹੋਵੇ ਔਰ ਜਿਹੜਾ ਨਸ਼ਾ ਕਰਦਾ ਉਹਨੂੰ ਜਿਹੜਾ ਉਹਦਾ ਫਾਰਮ ਜਿਹੜਾ ਰਿਜੈਕਟ ਕੀਤਾ ਜਾਵੇ ਕਿਉਂਕਿ ਇਸ ਕਰਕੇ ਇਹ ਹੈ ਕਿ ਉਹਦੀ ਯੋਗਤਾ ਦੇ ਨਾਲ ਨਾਲ ਇਹ ਵੀ ਯੋਗਤਾ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਉਹ ਨਸ਼ਾ ਰਹਿਤ ਹੋ। ਜੇ ਨਸ਼ਾ ਨਾ ਰਹਿਤ ਹੋਊਗਾ ਲੀਡਰ ਤਾਂ ਹੀ ਥੱਲੇ ਉਹ ਚੰਗੀ ਸੇਧ ਦੇ ਸਕਦਾ। ਜਿਹੜਾ ਲੀਡਰ ਆਪ ਨਸ਼ੇੜੀ ਹੋਵੇ ਉਹ ਥੱਲੇ ਲੋਕਾਂ ਨੂੰ ਕੀ ਸਜ਼ਾ ਦੇ। ਯਾਨੀ ਕਿ ਤੁਹਾਡੀ ਮੰਗ ਸਿਰਫ ਹਲਕੇ ਤੱਕ ਸੀਮਿਤ ਨਹੀਂ ਹੈ, ਪੂਰੇ ਦੇਸ਼ ਦੇ ਸਿਆਸਤਦਾਨ ਪੂਰੇ ਦੇਸ਼ ਦੇ। ਮੈਂ ਇਸ ਕਰਕੇ ਮੈਂ ਉਹਦੇ 'ਚ ਇਹ ਲਿਖਿਆ ਕਿ ਜੀ ਚਲੋ ਵੈਸੇ ਤਾਂ ਮੈਨੂੰ ਇਹ ਸੀ ਕਿ ਪੰਜਾਬ ਦੇ ਵਿੱਚ ਲਾਗੂ ਕਰ ਦੇਣਗੇ ਪਰ ਪੰਜਾਬ 'ਚ ਇਹਨਾਂ ਲਾਗੂ ਨਹੀਂ ਕੀਤਾ। ਮੈਂ ਉਹਦੇ 'ਚ ਇਹ ਵੀ ਸੁਝਾਅ ਇੱਕ ਪਾਇਆ ਹੈ ਕਿ ਜਦੋਂ ਹੁਣ ਜਿਹੜੇ ਆਪਣਾ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਗਏ ਆ ਹੁਣ ਜਦੋਂ ਉਸ ਸੈਰਾਮਣੀ ਹੋਣੀ ਆ ਉੱਥੇ ਪਾਰਲੀਮੈਂਟ ਦੇ ਵਿੱਚ ਉਸ ਸੈਰਾਮਣੀ ਦੇ ਵਿੱਚ ਉਦੋਂ ਪਹਿਲਾਂ ਡੋਪ ਟੈਸਟ ਹੋਵੇ ਔਰ ਜਿਹੜਾ ਡੋਪ ਟੈਸਟ ਹੁੰਦਾ ਕੋਈ ਇਹ ਨਹੀਂ ਕਿਹਾ ਕਿ ਮੈਂ ਕਿਹਾ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿਓ ਉਹਨਾਂ ਦਾ ਇਲਾਜ ਕਰਾਓ। ਅਜੇ ਮੈਂ ਵੇਟ ਕਰ ਰਿਹਾ ਵਾਂ ਉਸ ਤੋਂ ਬਾਅਦ ਦੇ ਵਿੱਚ ਇੱਕ ਦੋ ਰਿਮਾਈਂਡਰ ਭੇਜਾਂਗਾ। ਰਿਮਾਈਂਡਰ ਭੇਜਣ ਤੋਂ ਬਾਅਦ 'ਚ ਮੈਂ ਕੋਰਟ 'ਚ ਜਾਵਾਂਗਾ ਤਾਂ ਡਾਕਟਰ ਜਿਹੜਾ ਹੈ ਕਿ ਉਹ ਜਿਹੜਾ ਕੈਂਡੀਡੇਟ ਦਾ ਹੋਵੇ ਔਰ ਜਿਹੜਾ ਨਸ਼ਾ ਕਰਦਾ ਉਹਨੂੰ ਜਿਹੜਾ ਉਹਦਾ ਫਾਰਮ ਜਿਹੜਾ ਰਿਜੈਕਟ ਕੀਤਾ ਜਾਵੇ ਅਤੇ ਉਹਦੀ ਯੋਗਤਾ ਦੇ ਨਾਲ ਨਾਲ ਇਹ ਵੀ ਯੋਗਤਾ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਉਹ ਨਸ਼ਾ ਰਹਿਤ ਹੋ। ਜਿਹੜਾ ਲੀਡਰ ਆਪ ਨੂੰ ਛੇੜੀ ਹੋਵੇ ਉਹ ਥੱਲੇ ਲੋਕਾਂ ਨੂੰ ਕੀ ਸਜ਼ਾ। ਪੰਜਾਬ ਜਿਹੜਾ ਉਹਨੂੰ ਹਰ ਕੋਈ ਇਹ ਗੱਲ ਕਹਿ ਰਿਹਾ ਕਿ ਇਹ ਨਸ਼ੇ 'ਚ ਗੁਲਕਾ। ਜਿਹੜੇ ਲੀਡਰ ਕਹਿੰਦੇ ਨੇ ਉਹ ਲੀਡਰ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਤਾ। ਅੱਜ ਜਿਹੜਾ ਪੰਜਾਬ ਜਿਹੜਾ ਅੱਜ ਉਹਨੂੰ ਹਰ ਕੋਈ ਇਹ ਗੱਲ ਕਹਿ ਰਿਹਾ ਕਿ ਇਹ ਨਸ਼ੇ 'ਚ ਗੁਲਕਾ। ਮੈਂ ਕਹਿੰਦਾ ਜਿਹੜੇ ਲੀਡਰ ਕਹਿੰਦੇ ਨੇ ਉਹ ਲੀਡਰ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਤਾ। ਮੈਂ ਇਸ ਕਰਕੇ ਇੱਕ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਮੈਂ ਤਾਂ ਇਹ ਗੱਲ ਕਹੀ ਹੈ ਕਿ ਕਿਉਂਕਿ ਅਜੇ ਤੱਕ ਕੋਈ ਉਹਦਾ ਜਵਾਬ ਜਿਹੜਾ ਉਹ ਇਹਨਾਂ ਨੇ ਨਹੀਂ ਦਿੱਤਾ। ਇਸ ਕਰਕੇ ਮੈਨੂੰ ਚਾਹੇ ਹਾਈਕੋਰਟ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਮੈਂ ਜ਼ਰੂਰ ਜਾਵਾਂਗਾ ਤਾਂ ਕਿ ਅੱਗੇ ਤੋਂ ਕੋਈ ਵੀ ਇਲੈਕਸ਼ਨ ਹੁੰਦਾ ਤਾਂ ਡਾਕਟਰ ਜਿਹੜਾ ਹੈ ਕਿ ਉਹ ਜਿਹੜਾ ਕੈਂਡੀਡੇਟ ਦਾ ਹੋਵੇ ਔਰ ਜਿਹੜਾ ਨਸ਼ਾ ਕਰਦਾ ਉਹਨੂੰ ਜਿਹੜਾ ਉਹਦਾ ਫਾਰਮ ਜਿਹੜਾ ਰਿਜੈਕਟ ਕੀਤਾ ਜਾਵੇ ਕਿਉਂਕਿ ਇਸ ਕਰਕੇ ਇਹ ਹੈ ਕਿ ਉਹਦੀ ਯੋਗਤਾ ਦੇ ਨਾਲ ਨਾਲ ਇਹ ਵੀ ਯੋਗਤਾ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਉਹ ਨਸ਼ਾ ਰਹਿਤ ਹੋ। ਜੇ ਨਸ਼ਾ ਨਾ ਰਹਿਤ ਹੋਊਗਾ ਲੀਡਰ ਤਾਂ ਹੀ ਥੱਲੇ ਉਹ ਚੰਗੀ ਸੇਧ ਦੇ ਸਕਦਾ। ਜਿਹੜਾ ਲੀਡਰ ਆਪ ਨਸ਼ੇੜੀ ਹੋਵੇ ਉਹ ਥੱਲੇ ਲੋਕਾਂ ਨੂੰ ਕੀ ਸਜ਼ਾ। ਯਾਨੀ ਕਿ ਤੁਹਾਡੀ ਮੰਗ ਸਿਰਫ ਹਲਕੇ ਤੱਕ ਸੀਮਿਤ ਨਹੀਂ ਹੈ, ਪੂਰੇ ਦੇਸ਼ ਦੇ ਸਿਆਸਤ ਪੂਰੇ ਦੇਸ਼ ਦੇ। ਮੈਂ ਇਸ ਕਰਕੇ ਮੈਂ ਉਹਦੇ 'ਚ ਇਹ ਲਿਖਿਆ ਕਿ ਜੀ ਚਲੋ ਵੈਸੇ ਤਾਂ ਮੈਨੂੰ ਇਹ ਸੀ ਕਿ ਪੰਜਾਬ ਦੇ ਵਿੱਚ ਲਾਗੂ ਕਰ ਦੇਣਗੇ ਪਰ ਪੰਜਾਬ 'ਚ ਇਹਨਾਂ ਲਾਗੂ ਨਹੀਂ ਕੀਤਾ। ਮੈਂ ਉਹਦੇ 'ਚ ਇਹ ਵੀ ਸੁਝਾਅ ਇੱਕ ਪਾਇਆ ਹੈ ਕਿ ਜਦੋਂ ਹੁਣ ਜਿਹੜੇ ਆਪਣਾ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਗਏ ਆ ਹੁਣ ਜਦੋਂ ਉਸ ਸੈਰਾਮਣੀ ਹੋਣੀ ਆ ਉੱਥੇ ਪਾਰਲੀਮੈਂਟ ਦੇ ਵਿੱਚ ਉਸ ਸੈਰਾਮਣੀ ਦੇ ਵਿੱਚ ਉਦੋਂ ਪਹਿਲਾਂ ਡੋਪ ਟੈਸਟ ਹੋਵੇ ਔਰ ਜਿਹੜਾ ਡੋਪ ਟੈਸਟ ਹੁੰਦਾ ਕੋਈ ਇਹ ਨਹੀਂ ਕਿਹਾ ਕਿ ਮੈਂ ਕਿਹਾ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿਓ ਉਹਨਾਂ ਦਾ ਇਲਾਜ ਕਰਾਓ। ਅਜੇ ਮੈਂ ਵੇਟ ਕਰ ਰਿਹਾ ਵਾਂ ਉਸ ਤੋਂ ਬਾਅਦ ਦੇ ਵਿੱਚ ਇੱਕ ਦੋ ਰਿਮਾਈਂਡਰ ਭੇਜਾਂਗਾ। ਰਿਮਾਈਂਡਰ ਭੇਜਣ ਤੋਂ ਬਾਅਦ 'ਚ ਮੈਂ ਕੋਰਟ 'ਚ ਜਾਵਾਂਗਾ।